ਜਲੰਧਰ ਦੇ ਵਿੱਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਜਿੱਥੇ ਪਠਾਨਕੋਟ ਰੋਡ ਦੇ ਉੱਤੇ ਪਿੰਡ ਆ ਕਾਨਪੁਰ ਉੱਥੇ ਤਿੰਨ ਬੱਚੀਆਂ ਦੀਆਂ ਜਿਹੜੀਆਂ ਲਾਸ਼ਾਂ ਬਰਾਮਦ ਹੁੰਦੀਆਂ ਨੇ। ਟਰੰਕ ਦੇ ਵਿੱਚੋਂ ਉਹਨਾਂ ਦੇ ਘਰ 'ਚ ਹੀ ਟਰੰਕ ਪਿਆ ਹੁੰਦਾ ਜਿਹਦੇ ਵਿੱਚੋਂ ਇਹ ਤਿੰਨ ਲਾਸ਼ਾਂ ਨਿਕਲਦੀਆਂ ਨੇ। ਮਕਾਨ ਮਾਲਕ ਜਿੱਥੇ ਇਹ ਪਰਿਵਾਰ ਰਹਿ ਰਿਹਾ ਸੀਗਾ, ਕਿਉਂਕਿ ਇਹ ਪ੍ਰਵਾਸੀ ਪਰਿਵਾਰ ਸੀ, ਬਿਹਾਰ ਤੋਂ ਆਇਆ ਹੋਇਆ ਸੀ, ਮਜ਼ਦੂਰੀ ਕਰਦਾ ਸੀ, ਤਾਂ ਜਿਹੜਾ ਮਕਾਨ ਮਾਲਕ ਸੀਗਾ ਸੁਰਿੰਦਰ ਸਿੰਘ ਉਹ ਪੁਲਿਸ ਨੂੰ ਇਤਲਾਹ ਕਰਦਾ ਕਿ ਸਾਡੇ ਘਰ 'ਚ ਜਿਹੜੇ ਕਿਰਾਏਦਾਰ ਰਹਿੰਦੇ ਆ ਇਹਨਾਂ ਦੀਆਂ ਤਿੰਨ ਬੱਚੀਆਂ ਜਿਹੜੀਆਂ ਉਹ ਮਿਸਿੰਗ ਨੇ, ਉਹ ਗਾਇਬ ਨੇ, ਤਾਂ ਇਹਨਾਂ ਦੇ ਜਿਹੜੇ ਮਾਤਾ ਪਿਤਾ ਇਹ ਮੈਨੂੰ ਸੰਜੀਦਾ ਨਹੀਂ ਲੱਗ ਰਹੇ। ਇਹ ਸਿਰਫ ਇੰਨੀ ਗੱਲ ਆਖ ਰਹੇ ਨੇ ਕਿ ਬੱਚੇ ਕਿਤੇ ਖੇਡਦੇ ਖੇਡਦੇ ਚਲੇ ਗਏ ਆ, ਇਹ ਓਨੀ ਸੰਜੀਦਗੀ ਨਾਲ ਓਨੀ ਪਰ ਆਪਣੇ ਉੱਤੇ ਬੋਝ ਨਹੀਂ ਲੈ ਰਹੇ ਕਿ ਇਹਨਾਂ ਦੇ ਤਿੰਨ ਬੱਚੇ ਜਿਹੜੇ ਨੇ ਉਹ ਗਾਇਬ ਹੋ ਗਏ ਨੇ। ਇਹ ਬੜਾ ਹਲਕੇ 'ਚ ਲੈ ਰਹੇ ਆ ਇਸ ਗੱਲ ਨੂੰ। ਸੁਰਿੰਦਰ ਸਿੰਘ ਜਿਹੜੇ ਆ ਉਹ ਪੁਲਿਸ ਨੂੰ ਇਤਲਾਹ ਕਰ ਦਿੰਦੇ ਆ, ਪੁਲਿਸ ਕਾਨਪੁਰ ਪਿੰਡ ਦੇ ਵਿੱਚ ਪਹੁੰਚਦੀ ਆ, ਉਹ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ, ਤਾਂ ਉਹ ਇਨਵੈਸਟੀਗੇਸ਼ਨ ਦੇ ਵਿੱਚ ਦੇਖਦੇ ਆ ਜਦੋਂ ਸੀ ਸੀ ਟੀ ਵੀ ਕੈਮਰਾ ਉਹ ਖੰਗਾਲਦੇ ਆ ਆਸ ਪਾਸ ਦੇ, ਤਾਂ ਉਹਨਾਂ ਨੂੰ ਇਹ ਪਤਾ ਲੱਗਦਾ ਹੈ ਸੀ ਸੀ ਟੀ ਵੀ ਕੈਮਰਾ ਤੋਂ ਕਿ ਜਿਹੜੀਆਂ ਇਹ ਤਿੰਨ ਲੜਕੀਆਂ ਸੀ ਜਿਨ੍ਹਾਂ ਦਾ ਨਾਮ ਅੰਮ੍ਰਿਤਾ, ਸਾਕਸ਼ੀ ਅਤੇ ਕੰਚਨ, ਇਹ ਤਿੰਨੇ ਬੇਟੇ ਸਕੀਆਂ ਭੈਣਾਂ ਸੀ, ਇਹ ਘਰੋਂ ਕਿਤੇ ਗਈਆਂ ਹੀ ਨਹੀਂ। ਇਹ ਨਾ ਤਾਂ ਕਿਸੇ ਦੇ ਨਾਲ ਗਈਆਂ, ਨਾ ਇਹ ਘਰੋਂ ਬਾਹਰ ਨਿਕਲੀਆਂ, ਤਾਂ ਪੁਲਿਸ ਨੂੰ ਜਿਹੜਾ ਸ਼ੱਕ ਹੋ ਜਾਂਦਾ ਕਿ ਜਿਹੜੇ ਬੱਚੇ ਹੈ ਉਹ ਕਿਤੇ ਆਸ ਪਾਸ ਹੀ ਹੈ, ਇਹ ਜਿਹੜਾ ਕਿਤੇ ਅਗਵਾਹ ਨਹੀਂ ਹੋਏ, ਕਿਉਂਕਿ ਗੱਲ ਇਹ ਵੀ ਉੱਡ ਰਹੀ ਸੀਗੀ, ਉਹ ਦੱਸ ਰਿਹਾ ਸੀਗਾ ਜਿਹੜਾ ਉਹਨਾਂ ਦਾ ਪਿਤਾ ਹੈਗਾ ਕਿ ਸ਼ਾਇਦ ਮੇਰੀਆਂ ਬੱਚੀਆਂ ਨੂੰ ਅਗਵਾਹ ਕਰ ਲਿਆ ਗਿਆ। ਪਰ ਜਦੋਂ ਪੁਲਿਸ ਤਹਿਕੀਕਾਤ ਕਰਦੀ ਹੈ, ਤਫਤੀਸ਼ ਕਰਦੀ ਹੈ, ਤਾਂ ਪੁਲਿਸ ਦੇ ਸਾਹਮਣੇ ਜਿਹੜੇ ਹੋਸ਼ ਉਡਾਉਣ ਵਾਲੇ ਖੁਲਾਸੇ ਹੁੰਦੇ ਨੇ। ਉਹਨਾਂ ਦਾ ਪਿਤਾ ਜਿਹੜਾ ਉਹ ਇਹ ਕਹਿੰਦਾ ਕਿ ਮੇਰੀਆਂ ਬੱਚੀਆਂ ਜਿਹੜੀਆਂ ਉਹ ਟਰੰਕ 'ਚ ਵੜ ਗਈਆਂ ਜੀ, ਖੇਲਦੀਆਂ ਖੇਲਦੀਆਂ ਟਰੰਕ ਉੱਪਰੋਂ ਬੰਦ ਹੋ ਗਿਆ, ਉਹਨਾਂ ਦੇ ਸਾਹ ਘੁੱਟਣ ਨਾਲ ਮੌਤ ਹੋ ਗਈ। ਇਹ ਗੱਲ ਪੁਲਿਸ ਨੂੰ ਹਜ਼ਮ ਨਹੀਂ ਹੁੰਦੀ ਕਿ ਬੱਚੀਆਂ ਵੱਡੀਆਂ ਨੇ, ਟਰੰਕ ਛੋਟਾ, ਇਹ ਬੱਚੀਆਂ ਅੰਦਰ ਨਹੀਂ ਜਾ ਸਕਦੀਆਂ, ਇਹ ਜ਼ਰੂਰ ਕੋਈ ਨਾ ਕੋਈ ਜਿਹੜੀ ਹੈ ਕਾਰਸਤਾਨੀ ਹੈ, ਇਹ ਕੋਈ ਨਾ ਕੋਈ ਵਾਰਦਾਤ ਨੂੰ ਕਿਸੇ ਨੇ ਅੰਜਾਮ ਦਿੱਤਾ। ਜਦੋਂ ਉਹਨਾਂ ਦੇ ਪਿਤਾ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੇ ਆ ਤਾਂ ਉਹ ਇਹ ਮੰਨ ਜਾਂਦਾ ਕਿ ਆਰਥਿਕ ਤੰਗੀ ਕਾਰਨ ਮੈਂ ਜਿਹੜੀਆਂ ਆਪਣੀਆਂ ਤਿੰਨ ਬੇਟੀਆਂ ਦਾ ਕਤਲ ਕਰ ਦਿੱਤਾ। ਇਹਦੇ ਵਿੱਚ ਜਿਹੜੀ ਦਿਲ ਨੂੰ ਝੰਜੋੜਦੀ ਹੈ ਉਹ ਗੱਲ ਇਹ ਹੈ ਕਿ ਉਹਦੀ ਪਤਨੀ ਜਿਹੜੀ ਹੈ ਮੰਜੂ ਦੇਵੀ, ਉਹ ਵੀ ਉਹਦੇ ਨਾਲ ਸ਼ਾਮਲ ਹੋਈ। ਇਹਨਾਂ ਦੋਵਾਂ ਨੇ ਸਲਾਹ ਕੀਤੀ ਕਿ ਇਹਨਾਂ ਦੇ ਕੁੱਲ ਪੰਜ ਬੱਚੇ ਨੇ ਦਰਅਸਲ, ਜਿਹਦੇ 'ਚੋਂ ਤਿੰਨ ਲੜਕੀਆਂ ਅਤੇ ਇੱਕ ਛੋਟੀ ਲੜਕੀ ਹੋਰ ਹੈ, ਇੱਕ ਇਹਨਾਂ ਦਾ ਬੇਟਾ। ਪੰਜ ਬੱਚੇ ਇਸ ਸ਼ਖਸ ਦੇ ਸੀਗੇ ਜਿਹਦੇ 'ਚੋਂ ਇਹ ਆਪਣੀਆਂ ਤਿੰਨ ਬੇਟੀਆਂ ਜਿਹੜੀਆਂ ਇਹਦੀਆਂ ਵੱਡੀਆਂ ਸੀਗੀਆਂ ਉਹਨਾਂ ਨੂੰ ਇਹ ਜਿਹੜਾ ਕਤਲ ਕਰ ਦਿੰਦਾ। ਕਤਲ ਇਸ ਕਰਕੇ ਕਰਦਾ ਕਿ ਮੈਂ ਪੰਜ ਬੱਚਿਆਂ ਦਾ ਪਾਲਣ ਪੋਸ਼ਣ ਨਹੀਂ ਕਰ ਸਕਦਾ। ਪੁਲਿਸ ਹੋਰ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪਤਾ ਲੱਗਦਾ ਕਿ ਇਹ ਜਿਹੜਾ ਸ਼ਰਾਬ ਦਾ ਆਦੀ ਹੈ, ਇਹ ਕੰਮ 'ਤੇ ਦਿਹਾੜੀ 'ਤੇ ਕਦੀ ਜਾਂਦਾ ਕਦੀ ਨਹੀਂ ਜਾਂਦਾ, ਘਰ ਦੇ ਹਾਲਾਤ ਕੋਈ ਬਹੁਤ ਵਧੀਆ ਨਹੀਂ ਹੈ। ਤਾਂ ਇਹ ਦੋਵੇਂ ਜਾਣੇ ਮੀਆਂ ਬੀਬੀ ਸਲਾਹ ਕਰਦੇ ਆ, ਰੱਬ ਜਾਣੇ ਉਹਨਾਂ ਨੇ ਉਸ ਵੇਲੇ ਉਹਨਾਂ ਦਾ ਮਾਨਸਿਕ ਪੱਧਰ ਕੀ ਹੋਊਗਾ ਜਦੋਂ ਉਹਨਾਂ ਨੇ ਇਹ ਸਾਰੀ ਸਲਾਹ ਕੀਤੀ ਕਿ ਅਸੀਂ ਆਪਣੇ ਬੱਚਿਆਂ ਨੂੰ, ਆਪਣੇ ਢਿੱਡੋਂ ਜੰਮੀਆਂ ਨੂੰ ਜਿਹੜੀ ਆ ਮਾਂ ਨੇ ਏਡਾ ਵੱਡਾ ਫੈਸਲਾ ਲੈ ਲਿਆ ਕਿ ਮੈਂ ਇਹਦਾ ਜਿਹੜਾ ਇਹਨਾਂ ਨੂੰ ਖਤਮ ਕਰ ਦੇਣਾ। ਉਹ ਮੰਨ ਜਾਂਦਾ ਹੈ ਪੁਲਿਸ ਦੇ ਕੋਲ ਕਿ ਹਾਂਜੀ ਮੈਂ ਆਰਥਿਕ ਤੰਗੀ ਮੈਨੂੰ ਬਹੁਤ ਜ਼ਿਆਦਾ ਸੀ, ਮੈਂ ਪਰੇਸ਼ਾਨ ਸੀ, ਜਿਸ ਕਰਕੇ ਮੈਂ ਜਿਹੜਾ ਇਹ ਆਪਣੀਆਂ ਬੱਚੀਆਂ ਨੂੰ ਮਾਰ ਦਿੱਤਾ। ਹੁਣ ਇੱਥੇ ਸਵਾਲ ਇਹ ਵੀ ਹੁੰਦਾ ਖੜਾ ਕਿ ਅਗਰ ਇਹਨੂੰ ਗੌਰ ਨਾਲ ਕੇਸ ਨੂੰ ਦੇਖਿਆ ਜਾਵੇ ਤਾਂ ਇਹ ਜਿਹੜੀਆਂ ਉਹਦੇ ਬੇਟੀਆਂ ਸੀਗੀਆਂ ਇਹ ਹੋਈਆਂ, ਉਹਨੇ ਪੈਦਾ ਇਸ ਕਰਕੇ ਕੀਤੀਆਂ ਕਿ ਉਹਨੂੰ ਇੱਕ ਬੇਟਾ ਚਾਹੀਦਾ ਸੀ ਜਿਹੜਾ ਹੁਣ ਛੋਟਾ ਹੈ ਜਿਹਦਾ ਨਾਮ ਸੰਨੀ ਹੈ, ਉਹ ਮਤਲਬ ਉਹਨੂੰ ਇਹਨੇ ਰੱਖ ਲਿਆ, ਨਾਲ ਇੱਕ ਹੋਰ ਲੜਕੀ ਅਨੁਸ਼ਕਾ ਉਹਨੂੰ ਇਹਨੇ ਰੱਖ ਲਿਆ। ਅਗਰ ਅਵੇਅਰਨੈਸ ਹੁੰਦੀ, ਇਹ ਥੋੜ੍ਹਾ ਬੜਾ ਪੜ੍ਹਿਆ ਲਿਖਿਆ ਹੁੰਦਾ ਜਾਂ ਇਹ ਆਪਣੀਆਂ ਗੱਲਾਂ ਕਿਸੇ ਦੇ ਨਾਲ ਕਰਦਾ ਹੁੰਦਾ ਤਾਂ ਇਹਨੂੰ ਕੋਈ ਸਮਝਾਉਂਦਾ ਬਈ ਅੱਜ ਕੱਲ੍ਹ ਲੜਕੇ ਅਤੇ ਲੜਕੀਆਂ ਦੇ ਵਿੱਚ ਕੋਈ ਫਰਕ ਨਹੀਂ ਹੈ, ਜਿਹੜੀ ਤੇਰੀ ਲੜਕੀ ਵੱਡੀ 9 ਸਾਲ ਦੀ ਅੰਮ੍ਰਿਤਾ ਸੀਗੀ, 7 ਸਾਲ ਦੀ ਸਾਕਸ਼ੀ ਸੀ, 4 ਸਾਲ ਦੀ ਕੰਚਨ ਸੀ, ਇਹ ਵੀ ਬੇਟਿਆਂ ਵਾਂਗੂ ਹੀ ਨੇ, ਅਗਰ ਤੂੰ ਇਹਨਾਂ ਨੂੰ ਵਧੀਆ ਪੜ੍ਹਾਏ ਲਿਖਾਏ ਤਾਂ ਇਹ ਵੀ ਅੱਗੇ ਚੱਲ ਕੇ ਜਿਹੜਾ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਦੀਆਂ। ਪਰ ਕਿਉਂਕਿ ਸਾਡੇ ਰੂੜੀਵਾਦੀ ਸਮਾਜ ਦੇ ਵਿੱਚ ਹਾਲੇ ਵੀ ਕਿਤੇ ਨਾ ਕਿਤੇ ਇਹ ਗੱਲਾਂ ਦੇਖਣ ਨੂੰ ਮਿਲਦੀਆਂ, ਸੁਣਨ ਨੂੰ ਮਿਲਦੀਆਂ ਨੇ ਕਿ ਇੱਕ ਬੇਟਾ ਜ਼ਰੂਰ ਹੋਣਾ ਚਾਹੀਦਾ, ਬੇਟਾ ਤਾਂ ਉਹਦੇ ਰੱਬ ਨੇ ਦੇ ਦਿੱਤਾ ਪਰ ਨਾਲ ਦੀ ਨਾਲ ਉਹਦੇ ਹੱਥੋਂ, ਦੋਵਾਂ ਦੇ ਹੱਥੋਂ, ਦੋਵਾਂ ਜੀਆਂ ਦੇ ਹੱਥੋਂ ਜਿਹੜਾ ਇੱਕ ਜੁਰਮ ਕਰਵਾ ਦਿੱਤਾ ਕਿ ਉਹਨਾਂ ਨੇ ਆਪਣੀਆਂ ਤਿੰਨ ਬੇਟੀਆਂ ਜਿਹੜੀਆਂ ਉਹਨਾਂ ਨੇ ਆਪ ਪੈਦਾ ਕੀਤੀਆਂ, ਉਹਨਾਂ ਦੀਆਂ ਆਪਣੀਆਂ ਲਾਡਲੀਆਂ ਧੀਆਂ ਜਿਹੜੀਆਂ ਸੀਗੀਆਂ ਉਹਨਾਂ ਦਾ ਉਸਨੇ ਜਿਹੜਾ ਉਹ ਪਹਿਲਾਂ ਉਹਨਾਂ ਨੂੰ ਸਪਰੇ ਝੋਨੇ 'ਤੇ ਸਪਰੇ ਕਰਨ ਵਾਲੀ ਜਿਹੜੀ ਦਵਾਈ ਹੈ, ਜ਼ਹਿਰੀਲੀ ਪੈਸਟੀਸਾਈਡ ਆ, ਉਹ ਪਿਆਇਆ ਦੁੱਧ 'ਚ ਪਾ ਕੇ, ਜਦੋਂ ਬੇਹੋਸ਼ ਹੋ ਗਈਆਂ ਉਹਨੇ ਉਹਨਾਂ ਨੂੰ ਟਰੰਕ ਦੇ ਵਿੱਚ ਸੁੱਟ ਦਿੱਤਾ, ਜਿਸ ਤੋਂ ਬਾਅਦ ਦਮ ਘੁੱਟਣਾ ਉਹਨਾਂ ਦੀ ਮੌਤ ਹੋ ਗਈ।
अगर इस मसले दे विच जिहड़ा मकान मालक सुरिंदर सिंह जी का बड़ा अहम रोल है, अगर वो जिहड़ा सख्ती दे नाल इहनूं पुछगिछ ना करता, जे वह सिरदर्दी ना लैंदा, तां इहने जिहड़ा है मसले ने बाहर नहीं आउणा सी। क्योंकि पुलिस इन्वेस्टिगेशन दे विच उस बंदे ने, राकेश मंडल ने, यह भी मन्निया कि मैं जिहड़ा है मकान बदलण वाला सी। उन्हें तैयारी भी कर ली सी क्योंकि उन्होंने तो पता ही सी कि वह अपनियां बेटियां का जिहड़ा कतल कर चुका उस ट्रंक दे विच, तां उन्हें यह भी रातों रात फैसला कर लिया सीगा कि हुण जिहड़ा है ये मकान बदल के मैं किसी दूसरी थां ते चले जाणा। खैर, सुरिंदर सिंह जिहड़े इन्ने सियाणे निकले, जिन्हां ने पूरी सियाणफ की, जिन्हां नूं फिक्र होया कि तीन लड़कियां जिहड़ियां उह लापता ने उन्हां नूं लभ्या जावे, उह कित्थे गईआं। अगर ये जिहड़ा राकेश मंडल नां दा शख्स है, नाल इहदी पत्नी मंजू देवी, अगर ये सुरिंदर सिंह नाल ही सलाह कर लैंदे तां शायद जिहड़ा है बच्चियां की जान बच जाती। क्योंकि संस्थावां भी ने वह इन्हां दी पढ़ाई लिखाई का खर्चा चुक लैंदियां। पिंडां दे विच जिहड़ा कई NRIs इहो जिहे ने जिहड़े बच्चियां का खर्चा चुक लैंदे आ, ये किसी ना गल करता, बजाए कि एडा वड्डा इन्हें कदम ले लिया जिदे विच हुणे आप भी गुनहगार हो गया, नाले दी पत्नी भी गुनहगार हो गई, हुणे इन्हां नूं सज़ा हो जानी है, कई सालों तक ये जिहड़ा वा जेल कट्टणगे। और जिन्हां बच्चों की खातर, जिन्हां नूं बचाउण खातर भी ये दो बच्चे असी पाल लवांगे, पढ़ा लवांगे, उहनां दा फ्यूचर भी जिहड़ा वा वह भी नेरे च है, क्योंकि इन्हां दोवां नूं ते हुण जेल हो जानी है। जिहड़ी वह अनुष्का इन्हां दी बेटी छोटी ते नाल उह सन्नी इन्हां दा बेटा जिहड़ा, वह उहनां नूं कौण सांभूगा? हुण भी तां उहनां नूं जिहड़ा कोई संस्था सांभूगी, क्योंकि इहदे रिश्तेदार किसी ने ते बांह नहीं फड़ी होनी, क्योंकि ये जिहड़ा परिवार है ये प्रवासी परिवार सीगा, बिहार का रहण वाला सी, दिहाड़ी टप्पा करदे सी इत्थे। वह बच्चों की जिंदगी तो इन्हें रेच पा गए, अपने वालों इन्हें यही सोचा सीगा कि मैं चलो जी ये तीन बच्चियां नूं खत्म कर दिंदा और दो बच्चों की जिहड़े परवरिश कर लूँगा। पर हुण इन्हें इन्ना दिमाग नहीं सोचा, इन्ना नहीं सोचा कि आखिरकार जिहड़ा गुनाह हुंदा वा वह लुकिया नहीं रहिंदा, वह सामने आ जाता। हुण वो जिहड़े दो बच्चे है वह उन्हां दा फ्यूचर जिहड़ा वह नेरे च है। खैर, कई संस्थावां जिहड़ियां ने वह बच्चियां नूं देख रेख कर दियां, उन्हां नूं पढ़ा लिखा लैंदियां, पर इस शख्स नूं जिहड़ा वा एडा वड्डा कदम चुकण तों पहलां आर्थिक तंगी सीगी, कोई गल नहीं, किसी नाल गल की जा सकती सी, एडा वड्डा कदम चुकण तों पहलां इहनूं 100 वार सोचना चाहीदा सी, सलाह करनी चाहीदी सी किसी नाल कि मेरे कोल जिहड़ा वो पैसे की कमी है, मैनू को हल दसो। कोई स्कूल दे विच शायद इहो जे मास्टर मिल जाते हैं, इहो जे टीचर्स चंगे अजे भी हैगे आ, पिंडां दे सरपंच बहुत चंगे आ जिहड़े उन्हां बच्चियां का खर्चा चुक लैंदे, उन्हां का क्यों चकते? हो सकता सीगा कोई NRI परिवार इदां दा मिल जाता, कोई संस्था इदां दी हुंदी कि उह 5 बच्चों का खर्चा भी चुक सकते सी। बहुत संस्थावां ने जिहड़ियां इदां हैल्प करदियां ने, मदद करदियां ने, पर इहदी बेवकूफी ने, इहदे नशे की लत ने, क्योंकि नशे की लोर दे विच इन्हें डिसीजन ले लिया, तो इहनूं जिहड़ा कित्थे इन्हें बच्चों का फ्यूचर बनाउणा सीगा, ते कित्थे ये सारा कुछ जिहड़ा अपना भी जिंदगी इन्हें खराब कर ली, नालों जिहड़े दो बच्चे छोटे छोटे बच गए उन्हां दी जिंदगी भी खराब कर ली। एक बड़ी अनफॉर्चुनेट जिहड़ी वारदात हुई है, जिहदे विच कल रात सानू 11 बजे ते 112 ते सुरिंदर सिंह नाम के बंदे ने कानपुर पिंड दे विचों कॉल कीती सी, तीन बच्चियां जिहड़ियां उह मिसिंग ने, जो रात को साडा सब इंस्पैक्टर मेजर सिंह जिहड़ा मकसूदा थाने तो SHO के DSP साहब ने उन्होंने इमीजिएटली भेजा, और उत्थे जाके जो कैमरे देखे तो बच्चे कितने भी बाहर नहीं सी जा रहे, और बच्चों के गुम होने बारे पता नहीं सी लग रहा, और जिहड़े नेड़े बुलंदपुर नहर है सवेरे 3-4 बजे तक ये लभदे रहे, पर कितने भी बच्चे मिले नहीं। जो सवेरे 6:30 बजे जो साडे सब इंस्पैक्टर उत्थे दुबारा गए, उन्होंने जाके देखा भी ट्रंक के विच 3 बच्चे जिहड़े आ उन्हां दी डेड बॉडीज पईआं सी, जो उन्होंने पूछन तो उन्हें दसिया भी कितने खेडते ये वड़ गए होने, जो उसके सारे सीनियर ऑफिसर इनकलूडिंग मी असी मौके पर गए, जो उत्थे आंढ़ी गुआढ़ियों ने भी शक प्रगट किया भी बच्चे जिहड़े ये वड़ नहीं सकते, और सानू भी यही चीज़ लगी। जो ये सारी जो इन क्वेश्चनिंग की गई वो पेरेंट्स में सुशील मंडल है जिहड़ा, तो वाइफ जिहड़ी मंजू देवी है, उन्होंने दसिया भी साढ़े 5 बच्चे सीगे, जिहदे विचों 3 लड़कियां सीगियां, अमृता कुमारी, साक्षी कुमारी ते कंचन, ते दो उस तो छोटे बच्चे अनुष्का ते सनी, ये जिहड़ियां 3 बच्चियां मरिया ने अमृता, साक्षी ते कंचन 9 साल, 7 साल, 4 साल दियां। गरीबी कारण ये बंदा लेबर करता सीगा, उन्हां दा पालन पोषण नहीं सी कर सकता, इन्हें जिहड़ी झोने ते स्प्रे करन वाली दवाई आउंदी आ उह सवेरे कल 7 बजे दुध दे विच मिला के तिन्हां बच्चों नूं पिला के जदों बेहोश हो गए ते संदूक दे विच बंद करके उत्थे रख के आ कम ते चला गया, और रात को भी जिहड़ा ये कंप्लेंट करके कुछ नहीं सीगा, जिहड़ा इहदा मकान मालक है उन्हें ही पुलिस में जिहड़ी ये कंप्लेंट की सी,
ਜਿਸ 'ਤੇ ਪੁਲਿਸ ਉੱਥੇ ਗਈ ਸੀਗੀ ਔਰ ਇਹ ਹੁਣ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਨੇ ਆਪਦਾ ਜਿਹੜਾ ਜੁਰਮ ਹੈ ਕਬੂਲ ਕਰ ਲਿਆ ਅਸੀਂ ਇਹਨਾਂ ਦੇ ਉੱਤੇ ਐੱਫ ਆਈ ਆਰ ਨੰਬਰ 112 ਅੰਡਰ ਸੈਕਸ਼ਨ 302 201 34 ਆਈ ਪੀ ਸੀ ਰਜਿਸਟਰ ਕਰ ਲਿਆ ਔਰ ਇਹਨਾਂ ਦੀ ਅਸੀਂ ਅਰੈਸਟ ਪਾ ਰਹੇ ਹਾਂ ਔਰ ਇਹਦੇ ਵਿੱਚ ਜਿਹੜੀ ਸਭ ਤੋਂ ਅਨਫੋਰਚੁਨੇਟ ਜਿਹੜੀ ਇਹ ਘਟਨਾ ਸਾਡੀ ਇੱਥੇ ਹੋਈ ਹੈ ਔਰ ਇਹਦੇ ਵਿੱਚ ਇਹ ਵੀ ਚੀਜ਼ ਸਾਹਮਣੇ ਆਈ ਹੈ ਵੀ ਜੇ ਅੱਜ ਇਹਨੂੰ ਨਾ ਇੱਥੇ ਅਰੈਸਟ ਕੀਤਾ ਜਾਂਦਾ ਜਾਂ ਨਾ ਫੜਿਆ ਜਾਂਦਾ ਟਰੰਕ ਸਮੇਤ ਇਹਨੇ ਅੱਜ ਖਾਲੀ ਕਰਕੇ ਉਹ ਕਮਰਾ ਉੱਥੇ ਚਲੇ ਜਾਣਾ ਸੀ ਔਰ ਇਹ ਬਿਹਾਰ ਦਾ ਰਹਿਣ ਉਹ ਸਾਰਾ ਜੋ ਵੀ ਕਰ ਰਿਹਾ ਸੀਗਾ ਬਚਨ ਦਾ ਕਰ ਰਿਹਾ ਸੀ ਕਿਉਂਕਿ ਪੁਲਿਸ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਦੇ ਕਮਰੇ 'ਚ ਹੀ ਹੈ ਬੱਚੇ ਬਾਹਰ ਗਏ ਨੀਗੇ ਕੁਐਸਚਨਿੰਗ ਇਹਨੂੰ ਸ਼ੁਰੂ ਹੋ ਗਈ ਸੀਗੀ ਇਹਨੇ ਇਹ ਚੀਜ਼ ਨੂੰ ਡਾਈਵਰਟ ਕਰਨ ਲਈ ਸਾਰਾ ਕੁਛ ਕੀਤਾ ਸੀ ਹਾਂ ਇਹਨਾਂ ਨਹੀਂ ਅਜੇ ਤੱਕ ਜਿਹੜੀ ਪੁੱਛਗਿੱਛ ਆਈ ਹੈ ਦੋਨਾਂ ਦਾ ਹੀ ਰੋਲ ਹੈ ਦੋਨਾਂ ਨੇ ਮਿਲ ਕੇ ਸਲਾਹ ਕਰਕੇ ਔਰ ਵਜ੍ਹਾ ਰੰਜਿਸ਼ ਇਹ ਹੋਈ ਹੈ ਵੀ ਗਰੀਬੀ ਤੋਂ ਤੰਗ ਆ ਕੇ ਜਿਹੜਾ ਇਹਨੇ ਨਹੀਂ ਤਿੰਨਾਂ ਦਾ ਹੀ ਸੀਗਾ ਦੋਨਾਂ ਬੱਚਿਆਂ ਨੂੰ ਕਹਿੰਦੇ ਸੀ ਅਸੀਂ ਪਾਲ ਲਾਂਗੇ ਤਿੰਨ ਇੰਨੇ ਬੱਚੇ ਆਪਾਂ ਪਾਲ ਲਾਂਗੇ ਇੱਕ ਲੜਕੀ ਹੈ ਜਿਹੜੀ ਛੋਟੀ ਹੈਗੀ ਆ ਅਨੁਸ਼ਕਾ ਤੇ ਇੱਕ ਸੰਨੀ ਆ ਉਹ 2 ਸਾਲ ਤੇ 1 ਸਾਲ ਉਹਦੇ ਵਿੱਚ ਇਹਨੇ ਬਤੌਰ ਕਿਰਾਏਦਾਰ ਨਹੀਂ ਰੱਖਿਆ ਸੀ ਉਹ ਬਾਹਰ ਗਿਆ ਸੀਗਾ ਪਿੱਛੋਂ ਇਹਨੇ ਕਮਰਾ ਕਿਹਾ ਸੀ ਸਾਨੂੰ ਮਹੀਨੇ ਕੁ ਲਈ ਦੇ ਦਿਓ ਮੈਂ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਚਲੇ ਜਾਵਾਂਗਾ ਜੇ ਰਿਹਾ ਤੇ ਫਿਰ ਤੁਹਾਨੂੰ ਤੁਹਾਡੇ ਨਾਲ ਇਕਰਾਰਨਾਮਾ ਕਰਨੀ ਪਰ ਉਹ ਜਿਹੜਾ ਉਹਨਾਂ ਨੇ ਸਾਨੂੰ ਮੁੱਢਲੀ ਗੱਲ ਤੇ ਇਹ ਦੱਸਿਆ ਵੀ ਮੈਂ ਬਾਹਰ ਸੀਗਾ ਮੇਰੇ ਪਿੱਛੋਂ ਕਮਰਾ ਖਾਲੀ ਕਰਕੇ ਰਿਹਾ ਬਾਕੀ ਵੀ ਕਮਰੇ ਉਹਦੇ ਖਾਲੀ ਸੀਗੇ ਕਮਰਾ ਖਾਲੀ ਕਰਕੇ ਰਹਿਣ ਲੱਗ ਲੋਕੀ ਕਹਿੰਦੇ ਨੇ ਵੀ ਇਹਨੇ ਸ਼ਰਾਬ ਪੀਤੀ ਹੋਈ ਸੀ ਪਰ ਅਸੀਂ ਹੁਣ ਅਰੈਸਟ ਕੀਤਾ ਇਹਦਾ ਮੈਡੀਕਲ ਕਰਵਾਵਾਂਗੇ ਨਸ਼ੇ 'ਚ ਕੱਲ੍ਹ 7 ਵਜੇ ਦਾ ਤਾਂ ਪਤਾ ਨਹੀਂ ਗਾ ਸਾਨੂੰ ਪਰ ਹੁਣ ਸਾਨੂੰ ਲੱਗ ਰਿਹਾ ਵੀ ਇਹਨੇ ਡਰਿੰਕ ਕੀਤੀ ਹੈ ਉਹ ਮੈਡੀਕਲ ਕਰਵਾਵਾਂਗੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ